ਖਾਲਸਾ ਪੰਥ ਸਾਜਣਾ ਦਿਵਸ ਦੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਅਤੇ ਮੇਰੇ ਰਾਮ ਸਿੱਧੂ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਅੱਜ ਦਾ ਵਲੋਗ ਬੜਾ ਖਾਸ ਹੈਗਾ ਅਤੇ ਅੱਜ ਆਪਾਂ ਜਾ ਰਹੇ ਹਾਂਗੇ ਤਲਵੰਡੀ ਸਾਬੋ ਸਿੱਖਾਂ ਦੇ ਚੌਥੇ ਮੁੱਖ ਸਥਾਨ 'ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਅਤੇ ਆਪਾਂ ਉੱਥੇ ਜਾਵਾਂਗੇ ਅੱਜ। ਅਤੇ ਉੱਥੇ ਦਾ ਕਿ ਦਮਦਮਾ ਨਾਮ ਕਿਉਂ ਪਿਆ ਗਾ ਇਸ ਨੂੰ ਦੱਸ ਦਿਆਂਗੇ। ਅਤੇ ਉੱਥੇ ਗੁਰੂ ਜੀ ਆ ਕੇ ਉੱਥੇ ਆਪਦੇ ਉਹਨਾਂ ਨੇ ਕਮਰ ਕਸਾ ਖੋਲ੍ਹ ਕੇ ਕਿ ਦਮ ਲੈਤਾ ਸੀਗਾ ਅਤੇ ਤਾਂ ਹੀ ਉਸ ਸਥਾਨ ਨੂੰ ਦਮਦਮਾ ਸਾਹਿਬ ਕਿਹਾ ਜਾਂਦਾ ਹੈਗਾ। ਅਤੇ ਬੜੀ ਵਧੀਆ ਥਾਵਾਂ ਗੀ ਅਤੇ ਵਿਸਾਖੀ ਉੱਥੇ ਕੀ ਮੇਨ ਮਨਾਈ ਜਾਂਦੀ ਹੈਗੀ, ਮੁੱਖ ਤਿਉਹਾਰ ਕੀ ਵਿਸਾਖੀ ਦਾ ਮਨਾਇਆ ਜਾਂਦਾ ਉੱਥੇ, ਤਾਂ ਹੀ ਆਪਾਂ ਵਿਸਾਖੀ ਵਾਲੇ ਦਿਨ ਉੱਥੇ ਜਾ ਰਹੇ ਹਾਂਗੇ। ਅਤੇ ਮੈਂ ਉੱਥੇ ਕੁਛ ਜ਼ਿਆਦਾ ਬੋਲਣਾ ਤਾਂ ਹੈਗਾ ਨਹੀਂ ਗਾ ਕਿਉਂਕਿ ਗੁਰੂ ਘਰ ਨੇਗੇ ਅਤੇ ਆਪਾਂ ਗੁਰੂ ਘਰਾਂ ਦੇਖਾਂਗੇ ਅਤੇ ਮੈਂ ਜ਼ਿਆਦਾ ਤੁਹਾਨੂੰ ਬੋਲ ਕੇ ਨਹੀਂ ਦੱਸਦਾ ਅਤੇ ਤੁਹਾਨੂੰ ਹੋਰ ਕੋਈ ਸਾਰੇ ਗੁਰੂ ਘਰ ਦਿਖਾਊਂਗਾ ਮੈਂ ਉੱਥੇ ਜਿੰਨੇ ਵੀ ਨੇਗੇ। ਅਤੇ ਚਲੋ ਚੱਲਦੇ ਹਾਂ ਜੀ ਉੱਥੇ। ਆਹ ਲੰਗਰ ਹਾਲ ਦੇਖੋ ਜੀ, ਉਰੇ ਕਿੰਨੀਆਂ ਛੱਟੀਆਂ ਨਾਲ ਉਰੇ ਸਾਰੇ ਲੰਗਰ ਪਕਾਇਆ ਜਾਂਦਾ ਸੰਗਤ ਵਾਸਤੇ। ਉਹ ਭੱਠੀ ਹੈਗੀ ਦੇਖੋ, ਉਹਦੇ ਵਿੱਚ ਅੱਗ ਕਿੰਨੀ ਤੇਜ਼ ਮੱਚ ਰਹੀ ਹੈਗੀ, ਕਿੰਨਾ ਸੇਕ ਹੈ। ਇੱਧਰ ਬੀਬੀਆਂ ਬੈਠੀਆਂ ਰੋਟੀਆਂ ਪਕਾ ਰਹੀਆਂ ਨੇ, ਸਾਰਾ ਛੱਟੀਆਂ ਨਾਲ ਭਰਿਆ ਹੋਇਆ ਇੱਧਰ।
ਜਲਜੀਰੇ ਦਾ ਲੰਗਰ ਆ ਜੀ ਲੱਗਿਆ ਹੋਇਆ ਇੱਥੇ ਤੇ ਆਪਾਂ ਜਲਜੀਰਾ ਪੀਣ ਲੱਗੇ ਆ। देखो जी किन्नी संगत बैठी हैगी, यह एक दो दिन पहला आके उरे बैठे ने गे, जिन्होंने रात कट्टिया नहीं है क्यों एक दिन पहला आके उरे बैठे जाते हैं गे, जिन्होंने रात ला के आनी होंगी हैगी। खुला पंडाल उन्होंने वास्ते आई, देखो संगत ही संगत बैठी है जी। ਲਿਆਂਦਾ ਮਿਲਕ ਬਦਾਮ ਜੀ, ਅਤੇ ਮਿਲਕ ਬਦਾਮ ਪੀਂਦਿਆਂਗੇ, ਗੁਰੂ ਘਰ ਮੱਥਾ ਟੇਕ ਹੈ ਅਤੇ ਹੁਣ ਪਿੰਡ ਜਾ ਰਹੇ ਹਾਂ ਵਾਪਸ, ਅਤੇ ਨਾਲ ਤੁਹਾਨੂੰ ਲੈ ਕੇ ਚੱਲਦੇ ਹਾਂ ਪਿੰਡ ਹੀ, ਫਿਰ ਪਿੰਡਿਆਂ ਕੀ ਮਿਲਦੇ ਆ। ਸੰਗਤ ਇੰਨੀ ਜ਼ਿਆਦਾ ਆਈ ਜਾ ਰਹੀ ਹੈਗੀ ਅਤੇ ਪੁਲਿਸ ਹੁਣ ਤਾਂ ਕਿ ਜਿਵੇਂ ਗੱਡੀ ਅੰਦਰ ਤੱਕ ਲੈ ਗਏ ਸੀਗੇ, ਹੁਣ ਅੰਦਰ ਲਿਆ ਨਹੀਂ ਦਿੰਦੀ ਹੈਗੀ, ਇੱਥੇ ਪਰੀ ਕਿ ਪਾਰਕਿੰਗ ਚਲਵਾਉਣ ਦੀ ਹੈ ਗੱਡੀ, ਅਤੇ ਬਸ ਸੌਣ ਲੱਗ ਰਹੀ ਅਤੇ ਬਹੁਤ ਵਧੀਆ ਸੌਂ ਆਈ ਅਤੇ ਇੰਨਾ ਸਕੂਨ ਮਿਲਦਾ ਜਾ ਕੇ ਜੀ ਉੱਥੇ, ਅਤੇ ਸਿੱਖਾਂ ਦੇ ਚੌਥਾ ਤੀਰਥ ਸਥਾਨ ਆ ਕਿ ਮੁੱਖ ਤੀਰਥ ਸਥਾਨ ਤਖਤ ਸ੍ਰੀ ਦਮਦਮਾ ਸਾਹਿਬ, ਅਤੇ ਇੱਕ ਵਾਰ ਤੁਸੀਂ ਸਾਰੇ ਤਖਤਾਂ 'ਤੇ ਜ਼ਰੂਰ ਜਾ ਕੇ ਆਓ ਜੀ। ਤਾਂ ਮੁੱਖ ਮਨਾਈ ਜਾਂਦੀ ਹੈਗੀ ਕਿ ਮੇਨ ਵਿਸਾਖੀ ਕੀ, ਜਿਵੇਂ ਦੀਵਾਲੀ ਅੰਮ੍ਰਿਤਸਰ ਸਾਹਿਬ ਮਨਾਈ ਜਾਂਦੀ ਹੈਗੀ, ਅਤੇ ਦੁਸਹਿਰਾ ਹਰਜੂਰ ਸਾਹਿਬ ਮਨਾਇਆ ਜਾਂਦਾ ਗਾ ਕਿ ਵਧੀਆ, ਜਿਹੜੇ ਕਿ ਉੱਥੇ ਦਾ ਤਿਉਹਾਰ ਹੁੰਦਾ ਗਾ, ਨਿੰਮ ਵਿਸਾਖੀ ਹੈਗੀ ਉਹ ਇੱਥੇ ਤਲਵੰਡੀ ਸਾਹਿਬ ਮਨਾਈ ਜਾਂਦੀ ਹੈਗੀ, ਤਖਤ ਸ੍ਰੀ ਦਮਦਮਾ ਸਾਹਿਬ, ਅਤੇ ਪਿੰਡ ਜਾ ਕੇ ਮਿਲਦੇ ਹਾਂ ਜੀ। ਮੂਸੇ ਪਿੰਡ ਵਿੱਚ ਦੀ ਲੰਘ ਰਹੇ ਹੈਗੇ ਅਤੇ ਨਾਲ ਤੁਹਾਨੂੰ ਮੂਸੇ ਵਾਲੇ ਦੀ ਹਵੇਲੀ ਦਿਖਾਉਂਦੇ ਹੈਗੇ ਜੀ,
ਘਰ ਮੂਰ ਦੀ ਗੇੜਾ ਮਾਰੀ ਨੇ ਦੇਖ ਲਾਂਗੇ ਕਿਹੋ ਜਿਹੀ ਹਵੇਲੀ ਹੈਗੀ ਤੇ ਨਾਲ ਹੁਣ ਸੋਨੂੰ ਵੀ ਦਿਖਾਉਣੇ ਆਗੇ ਚਲੋ ਜੀ ਸੋਨੂੰ ਦਿਖਾਈਏ ਹੁਣ ਮੂਸੇਵਾਲ ਦੀ ਹਵੇਲੀ ਅੱਜ ਹੁਣ ਆਪਾਂ ਘਰ ਪਹੁੰਚ ਗਏ ਅਤੇ ਆਪਾਂ ਨੇ ਬਲੌਗ ਦੀ ਸਟਾਰਟਿੰਗ ਵੀ ਇੱਥੋਂ ਕੀਤੀ ਸੀਗੀ ਅਤੇ ਐਂਡ ਵੀ ਆਪਾਂ ਉਹੀ ਕਰਾਂਗੇ ਅਤੇ ਉੱਥੇ ਜਿਵੇਂ ਮੈਂ ਤੁਹਾਨੂੰ ਐਂਡ 'ਤੇ ਦਿਖਾਇਆ ਸੀਗਾ ਗੁਰੂ ਘਰ ਲਿਖਣਸਰ ਸਾਹਿਬ ਉੱਥੇ ਕਿ ਉੱਥੇ 35 ਲਿਖੀ ਜਾਂਦੀ ਹੈਗੀ ਕਿ ਗੁਰੂ ਜੀ ਦੇ ਬਚਨ ਹੋਏ ਹੋਏ ਨੇ ਕਿ ਉੱਥੇ 35 ਲਿਖੀ ਜਾਵੇ ਤਾਂ ਪੜ੍ਹਾਈ ਦੇ ਵਿੱਚ ਬਰਕਤ ਆਉਂਦੀ ਹੈਗੀ ਕਿ ਵਧੀਆ ਪੜ੍ਹਾਈ ਆਉਂਦੀ ਹੈਗੀ ਅਤੇ ਇੱਕ ਦੋ ਹੋਰ ਵੀ ਨੇ ਕਿ ਉੱਥੇ ਜਿਵੇਂ ਸ਼ੀਸ਼ਾ ਹੈਗਾ ਸ਼ੀਸ਼ੇ 'ਚ ਕਿ ਜਿਹੜੇ ਕਿ ਉਹਨਾਂ ਜਿਨ੍ਹਾਂ ਨੂੰ ਦਰੰਗ ਹੋਇਆ ਹੁੰਦਾ ਹੈ ਉਹਨਾਂ ਨੂੰ ਕਿ ਜਿਹੜੇ ਬਿਮਾਰ ਹੁੰਦੇ ਨੇ ਜਿਨ੍ਹਾਂ ਦਾ ਮੂੰਹ ਨਹੀਂ ਥੋੜ੍ਹਾ ਸਿੱਧਾ ਹੁੰਦਾ ਕਿ ਉਹਨਾਂ ਨੂੰ ਦਿਖਾਇਆ ਜਾਂਦਾ ਹੈਗਾ ਕਿ ਉਹਦੇ ਨਾਲ ਕਿ ਉਹਨਾਂ ਦੇ ਸਿਹਤ 'ਚ ਸੁਧਾਰ ਹੁੰਦਾ ਹੈਗਾ ਅਤੇ ਅੱਜ ਉੱਥੇ ਅਤੇ ਅਸੀਂ ਤਾਂ ਜਿਵੇਂ ਸਵੇਰੇ ਸਵੇਰੇ ਵਾਗੇ ਸੀਗੇ ਅਤੇ ਸਵੇਰੇ ਜਾ ਕੇ ਪਹਿਲਾਂ ਹੀ ਮੱਥਾ ਟੇਕ ਲਿਆ ਸੀਗਾ ਅਤੇ ਹੁਣ ਜਿਹੜੇ ਹੁਣ ਆ ਰਹੇ ਸੀਗੇ ਅਤੇ ਉੱਤੋਂ ਧੁੱਪ ਹੋਈ ਜਾਂਦੀ ਸੀ ਤੇਜ਼ ਕਿ ਦੁਪਹਿਰ ਹੋਈ ਜਾਂਦੀ ਸੀਗੀ ਅਤੇ ਬੜੀ ਗਰਮੀ ਵਾਲਾ ਮਾਹੌਲ ਬਣ ਗਿਆ ਸੀ ਉੱਥੇ ਛੇਕ ਮਾਰਨ ਲੱਗ ਰਹੇ ਸੀ ਕੂੰ ਪਬਲਿਕ ਜ਼ਿਆਦਾ ਹੋ ਗਈ ਸੀ ਇਕੱਠੀ ਇੱਦਾਂ ਹੀ ਛੇਕ ਵਾਲਾ ਕਿ ਗਰਮੀ ਆਉਣ ਲੱਗ ਗਈ ਸੀਗੀ ਅਤੇ ਇੱਥੇ ਤੱਕ ਦੇਖਣ ਵਾਸਤੇ ਵਲੌਗ ਧੰਨਵਾਦ ਜੀ ਅਤੇ ਹੁਣ ਅਸੀਂ ਵਧੀਆ ਵਧੀਆ ਵਲੌਗ ਮਿਲਦੇ ਰਹਿਣਗੇ ਅਤੇ ਇਹ ਵਲੌਗ ਦਾ ਆਪਾਂ ਐਂਡ ਕਰ ਦਿਆਂਗੇ ਅਤੇ ਜਾਂਦੇ ਜਾਂਦੇ ਹੀ ਤੁਸੀਂ ਇਹ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬੈਲ ਆਈਕਨ ਦੱਬ ਜੋ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਅਤੇ ਇਸ ਵੀਡੀਓ ਨੂੰ ਕਰ ਜੋ ਲਾਈਕ ਕਮੈਂਟ ਕਰ ਜੋ ਅਤੇ ਆਪਣੇ ਅੱਗੇ ਰਿਸ਼ਤੇਦਾਰਾਂ ਤੱਕ ਇਹ ਇਨਫੋਰਮੇਸ਼ਨ ਸਾਂਝੀ ਕਰਨ ਵਾਸਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਜਾਂਦੇ ਜਾਂਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।